ਪੰਜਾਬੀ ਖਬਰਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਤਰਨ ਤਾਰਨ ਦੇ ਪਿੰਡ ਚੰਬਲ ਵਿੱਚੋਂ, ਜਿੱਥੇ STF ਦੀ ਟੀਮ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਜਨਰਲ ਸਕੱਤਰ ਦੇ ਘਰ ਵੱਡੀ ਰੇਡ ਕੀਤੀ ਗਈ ਹੈ। STF ਦੀ ਟੀਮ ਨੇ ਘਰ ਦੇ ਵਿੱਚ 1 ਕਿਲੋ 10 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ, ਇਸਦਾ ਦਾਅਵਾ ਕੀਤਾ ਜਾ ਰਿਹਾ ਹੈ। ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਜਨਰਲ ਸਕੱਤਰ ਜਸਵਿੰਦਰ ਕੌਰ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ। ਜਸਵਿੰਦਰ ਕੌਰ ਦੀ ਬੇਟੀ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਤੈਨਾਤ ਹੈ। ਟੀਮ ਨੇ ਜਸਵਿੰਦਰ ਕੌਰ ਦੇ ਘਰ ਵਿੱਚ ਸਵੇਰੇ 11 ਵਜੇ ਵੱਡੀ ਰੇਡ ਕੀਤੀ ਹੈ ਤੇ ਦੱਸ ਦਈਏ ਕਿ ਦੇਰ ਰਾਤ ਤੱਕ ਇਹ ਰੇਡ ਜਾਰੀ ਰਹੀ ਹੈ, ਜਿਸ ਤੋਂ ਬਾਅਦ STF ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਜਸਵਿੰਦਰ ਕੌਰ ਨੂੰ STF ਦੀ ਟੀਮ ਆਪਣੇ ਨਾਲ ਲੈ ਗਈ ਹੈ। ਹਾਲਾਂਕਿ ਕਿੱਥੇ ਲੈ ਕੇ ਗਈ ਹੈ, ਕਿਸ ਮਕਸਦ ਨਾਲ ਲੈ ਕੇ ਗਈ ਹੈ, ਇਸ ਬਾਰੇ ਅਜੇ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਹੈ। STF ਦੀ ਟੀਮ ਚੰਡੀਗੜ੍ਹ, ਸੰਗਰੂਰ, ਜਲੰਧਰ ਤੋਂ ਰੇਡ ਕਰਨ ਵਾਸਤੇ ਜਸਵਿੰਦਰ ਕੌਰ ਦੇ ਘਰ ਆਈ ਸੀ। ਟੀਮ ਆਪਣੇ ਨਾਲ ਇੱਕ ਹੀਰੋਇਨ ਦੇ ਤਸਕਰ ਨੂੰ ਵੀ ਜਸਵਿੰਦਰ ਕੌਰ ਦੇ ਘਰ ਲੈ ਕੇ ਆਏ ਸਨ ਤੇ ਤਸਕਰ ਨੇ ਜਸਵਿੰਦਰ ਕੌਰ ਕੋਲ ਹੀਰੋਇਨ ਦੀ ਡਿਲੀਵਰੀ ਲਈ ਸੀ। ਤਰਨ ਤਾਰਨ ਤੋਂ ਸਾਡੇ ਪੱਤਰਕਾਰ ਬਲਜੀਤ ਸਿੰਘ ਨੇ ਪੁਲਿਸ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਤੇ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ। ਹਾਂਜੀ ਸਰ, ਨਹੀਂ ਨਹੀਂ ਓਕੇ, 1 ਕਿਲੋ 10 ਗ੍ਰਾਮ ਤੋਂ ਇਲਾਵਾ 10 ਗ੍ਰਾਮ ਹੋਰ ਹੋਈ, ਠੀਕ ਹੈ। ਤੇ STF ਓਕੇ, ਮਾਫ਼ ਕਰ ਦਿਓ।